ਬਿਲਕੁਲ ਜੀ, ਮੇਰੇ ਖਿਆਲ ਇੱਦਾਂ ਹੀ ਹੋਣਾ ਚਾਹੀਦਾ ਹੈ। ਲਾਅ ਜਿਵੇਂ ਦੂਜੇ ਸਟੇਟ 'ਚ ਹੈਗਾ, ਇੱਥੇ ਵੀ ਆਹੀ ਲਾਗੂ ਹੋਣਾ ਚਾਹੀਦਾ। ਜੇ ਤੁਸੀਂ ਪਾਰਟੀ ਛੱਡਣੀ ਹੈ ਤਾਂ ਉਹ ਜਿਹੜੇ ਤੁਸੀਂ ਪਾਰਟੀ ਦੇ ਸਿੰਬਲ 'ਤੇ ਤੁਸੀਂ ਜਿੱਤੇ ਹੋ ਉਸ ਪਾਰਟੀ ਤੋਂ, ਫਿਰ ਜੇ ਤੁਸੀਂ ਚੇਂਜ ਕਰ ਲੈਂਦੇ ਹੋ ਅਸਤੀਫਾ ਦੇ ਕੇ, ਫਿਰ ਆਪ ਜਿਹੜੀ ਪ੍ਰੈਜੈਂਟ ਪਾਰਟੀ ਤੁਸੀਂ ਜੁਆਇਨ ਕਰ ਲਈ ਉਸ ਪਾਰਟੀ 'ਤੇ ਲੜਨ, ਜਾਂ ਆਪ ਇੰਡੀਵਿਜੁਅਲੀ ਲੜ ਲੈਣ। ਇਹ ਤਾਂ ਨਾ ਇਨਸਾਫੀ ਹੋਈ ਨਾ, ਜਿਹੜੇ ਲੋਕਾਂ ਨੇ ਉਸ ਪਾਰਟੀ ਨੂੰ ਵੋਟ ਦਿੱਤੀ, ਉਸ ਪਾਰਟੀ ਨੂੰ ਮਾਨ ਸਨਮਾਨ ਦਿੱਤਾ, ਅਤੇ ਉਸ ਪਾਰਟੀ ਕਰਕੇ ਜੇ ਤੁਸੀਂ ਜਿੱਤੇ ਹੋ ਤਾਂ ਅੱਜ ਤੁਸੀਂ ਕਹਿ ਦਿਓ ਕਿ ਮੈਂ ਦੂਜੀ ਪਾਰਟੀ ਚੱਲਣੀ, ਤਾਂ ਗਲਤ ਗੱਲ ਹੈ ਜੀ ਮੇਰੇ ਹਿਸਾਬ ਨਾਲ ਤਾਂ। ਸਰ, ਉਹਨਾਂ ਦਾ ਕਹਿਣਾ ਹੈ ਕਾਂਗਰਸ ਨੂੰ ਵੋਟ ਨਹੀਂ ਪਈ, ਮੈਂ ਬ੍ਰਾਂਡ ਹਾਂ ਆਪਣੇ ਵਾਸਤੇ ਅਤੇ ਮੈਨੂੰ ਵੋਟ ਪਈ। ਸਾਰਿਆਂ ਦੀ ਆਪਣੀ ਆਪਣੀ ਥਿੰਕਿੰਗ ਹੁੰਦੀ ਹੈ। ਮੈਂ ਤਾਂ ਆਹੀ ਕਹਿੰਦਾ ਜੀ, ਜੇ ਸਮਝਦੇ ਨੇ ਇੱਦਾਂ ਤਾਂ ਉਹਨਾਂ ਨੂੰ ਅਸਤੀਫਾ ਦੇ ਕੇ ਫਿਰ ਇੰਡੀਵਿਜੁਅਲ ਲੜਨਾ ਚਾਹੀਦਾ। ਜੇ ਉਹ ਸਮਝਦੇ ਨੇ ਕਿ ਉਹ ਬ੍ਰਾਂਡ ਨੇ, ਫਿਰ ਬੀਜੇਪੀ ਸਿੰਬਲ ਤੋਂ ਦੇਣ ਅਸਤੀਫਾ, ਕੀ ਪਤਾ ਕਹਿ ਰਹੇ ਨੇ 6,000 ਵੋਟਾਂ ਜਿੱਤ, ਕੀ ਪਤਾ 8,000 ਵੋਟਾਂ ਤੋਂ ਜਿੱਤ ਜਾਣ। ਇਹ ਤਾਂ ਜੇ ਇੰਨੇ ਕੌਨਫੀਡੈਂਸ ਹੈਗੇ ਉਹਨਾਂ ਨੂੰ ਫਿਰ ਲੜਨਾ ਚਾਹੀਦਾ ਅਸਤੀਫਾ ਦੇ ਕੇ ਮੇਰੇ ਹਿਸਾਬ ਨਾਲ ਤਾਂ ਜੀ। ਸਰ, ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਜਿੰਨੇ ਵੀ ਪਾਰਸ਼ਦ ਲੜੇ ਹੈ ਉਹ ਪੈਸਾ ਦੇ ਕੇ ਉਹਨਾਂ ਨੇ ਟਿਕਟ। ਦੇਖੋ, ਇਹ ਤਾਂ ਹੁਣ ਗੱਲਾਂ ਜੋ ਬਣਾਉਣ ਨੂੰ ਕੋਈ ਵੀ ਕੁਛ ਬਣਾ ਸਕਦਾ ਹੈ। ਮੇਰੇ ਮਦਰ ਆਪ ਲੜੇ ਨੇ ਜੀ 22 ਨੰਬਰ ਵਾਰਡ ਤੋਂ, ਅਸੀਂ ਤਾਂ ਕੋਈ ਪੈਸਾ ਨਹੀਂ ਦਿੱਤਾ। ਅਸੀਂ ਤਾਂ ਆਪਦੇ ਬਲਬੂਤੇ ਤੋਂ ਸਾਨੂੰ ਟਿਕਟ ਮਿਲੀ ਹੈ ਉਹਨਾਂ ਦੀ, ਪਿੱਛੇ ਉਹਨਾਂ ਦਾ ਪਾਸ ਦੇਖਦੇ ਹੋਏ। ਮੈਂ ਆਪ ਯੂਥ ਕਾਂਗਰਸ ਦਾ ਸਟੇਟ ਸਕੱਤਰ ਹਾਂ ਚੰਡੀਗੜ੍ਹ ਤੋਂ। ਮੈਂ 4 ਸਾਲ, 4.5 ਸਾਲ ਡੱਡ ਕੇ ਮੈਂ ਧਰਨੇ ਦਿੱਤੇ ਨੇ ਲੋਕਾਂ ਵਾਸਤੇ, ਆਪ ਵਾਸਤੇ ਨਹੀਂ, ਲੋਕਾਂ ਵਾਸਤੇ ਅਤੇ ਕਾਂਗਰਸ ਪਾਰਟੀ ਵਾਸਤੇ, ਕਿ ਇਸ ਦੇਸ਼ ਦਾ ਜਿਹੜਾ ਤੁਹਾਨੂੰ ਤੁਸੀਂ ਦੇਖਦੇ ਹੋ ਜਿਹੜਾ ਹਾਲ ਬਣਿਆ ਹੈ ਕਿੰਨਾ ਮਾੜਾ ਹੋ ਗਿਆ। ਭਾਵੇਂ ਤੁਸੀਂ, ਮੈਂ ਕਹਿੰਦਾ ਤੇਲ ਦੀ ਪ੍ਰਾਈਸਾਂ ਦੇਖ ਲਓ, ਰਾਸ਼ਨ ਲੋਕਾਂ ਨੂੰ ਜਿਹੜੇ ਗਰੀਬ ਨੇ ਉਹ ਅਫੋਰਡ ਨਹੀਂ ਕਰ ਪਾ ਰਹੇ। ਗੈਸ ਸਿਲੰਡਰ 600 ਰੁਪਏ ਹੁੰਦਾ ਸੀ, 900 ਰੁਪਏ 'ਤੇ ਹੋ ਗਿਆ। ਇਹ ਸਾਰੇ ਮੁੱਦੇ 'ਤੇ ਅਸੀਂ 4 ਸਾਲ ਲੜਦੇ ਰਹੇ ਨੇ। ਅਸੀਂ ਯੂਥ ਕਾਂਗਰਸ ਧਰਨਾ ਦਿੰਦੇ ਰਹੀ ਹੈ, ਇਕੱਲੀ ਯੂਥ ਕਾਂਗਰਸ ਨਹੀਂ, ਕਾਂਗਰਸ ਜਿਹੜੀ ਮੇਨ ਹੈਗੀ ਹੈ ਉਹ ਵੀ ਧਰਨਾ ਦਿੰਦੀ ਰਹੀ ਹੈ। ਬਬਲਾ ਜੀ ਵੀ ਉਸ 'ਚ ਸ਼ਾਮਿਲ ਸੀਗੇ। ਬਬਲਾ ਜੀ ਆਪ ਜਿਹੜਾ ਆਪਣਾ ਕਿਸਾਨਾਂ ਦਾ ਵਿਰੋਧ ਹੁੰਦਾ ਰਿਹਾ, ਉਸ ਉਹਨਾਂ ਨੇ 27-29 ਦੀ ਲਾਈ 27-19 ਦੀ ਲਾਈਟਾਂ 'ਚ ਵੀ ਉਹਨਾਂ ਨੇ ਹਰ ਸ਼ਾਮ ਨੂੰ ਧਰਨਾ ਦਿੱਤਾ, ਸਾਥ ਦਿੱਤਾ ਕਿਸਾਨਾਂ ਦਾ। ਅਤੇ ਮੈਂ ਨਹੀਂ ਸਮਝਦਾ ਕੋਈ ਟਿਕਟਾਂ ਵਿਕੀਆਂ ਗਈਆਂ, ਇਹ ਤਾਂ ਬਿਲਕੁਲ ਗਲਤ ਗੱਲ ਹੈ ਜੀ। ਉਹ ਬਹੁਤ ਹੀ ਵੱਡੇ ਲੀਡਰ ਨੇ, ਅਤੇ ਜਦੋਂ ਇਲੈਕਸ਼ਨ ਲੜ ਰਹੇ ਸੀ ਅਤੇ ਪਵਨ ਕੁਮਾਰ ਬੰਸਲ ਜੀ ਅਤੇ ਉਹਨਾਂ ਦੀ ਮਿਸਿਸ ਉਹਨਾਂ ਨਾਲ ਤੁਰੇ ਸੀਗੇ, 28 ਸੈਕਟਰ ਪੂਰੀ ਮਾਰਕੀਟ ਉਹਨਾਂ ਨੇ ਕੀਤੀ ਹੈ ਨਾਲ, ਉਹਨਾਂ ਨੂੰ ਲੈ ਕੇ ਤੁਰੇ ਨੇ। ਉਹਨਾਂ ਨੇ ਆਹ ਵੀ ਕਿਹਾ ਸੀਗਾ ਕਿ ਇਹ ਮੈਂ ਰਾਮ ਸੀਤਾ ਇਹ ਨੇ, ਮੈਂ ਇਹਨਾਂ ਦਾ ਲਕਸ਼ਮਣ ਹਾਂ। ਅਤੇ ਹੁਣ ਲੋਕ ਉੱਥੇ ਦੇ ਕਹਿ ਰਹੇ ਇਹ ਤਾਂ ਰਾਵਣ ਨਿਕਲੇ ਉਹਨਾਂ ਦੇ। ਜਦੋਂ ਇਲੈਕਸ਼ਨ ਲੜੇ ਤਾਂ ਇਹਨਾਂ ਨੇ BJP ਦੇ ਅਗੇਂਸਟ ਬੋਲ ਬੋਲ ਕੇ ਚੀਜ਼ਾਂ ਲੋਕਾਂ ਤੋਂ ਵੋਟਾਂ ਮੰਗੀਆਂ ਨੇ। ਅਤੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਇਹਨਾਂ ਨੂੰ ਅਸਤੀਫਾ ਦੇ ਕੇ ਦੁਬਾਰਾ ਇਲੈਕਸ਼ਨ ਲੜਨੇ ਚਾਹੀਦੇ ਨੇ, ਕਿ ਜਿਹਨਾਂ ਲੋਕਾਂ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਫਿਰ ਇਲੈਕਸ਼ ਰਿਜ਼ਲਟ 'ਤੇ ਪਤਾ ਲੱਗ ਜੂਗਾ। ਲੱਗਦਾ ਤੁਹਾਨੂੰ ਕਿ ਇਹਨਾਂ ਨੇ ਆਪਣੇ ਵਾਰਡ ਦੇ ਲੋਕਾਂ ਨਾਲ ਧੋਖਾ ਕੀਤਾ? ਦੇਖੋ ਜੀ, ਮੈਂ ਆਪ ਉਸ ਵਾਰਡ 'ਤੇ ਗਿਆ, ਮੈਂ ਹਾਲਾਂਕਿ ਮੈਂ ਲੋਕਾਂ ਨੂੰ ਆਪ ਪਰਸਨਲੀ ਜਾ ਕੇ ਮਿਲਿਆ ਵੀ ਹਾਂ। ਲੋਕ ਅੰਦਰੋਂ ਇੰਨੇ ਪਰੇਸ਼ਾਨ ਅਤੇ ਦੁਖੀ ਨੇ ਕਿ ਉਹਨਾਂ ਨੇ ਉਸ ਰਾਤ ਰੋਟੀ ਤੱਕ ਨਹੀਂ ਖਾਧੀ, ਚੁੱਲ੍ਹਾ ਨਹੀਂ ਚੱਲਿਆ ਉਸ ਰਾਤ ਉਹਨਾਂ ਦਾ। ਅਤੇ ਤੁਸੀਂ ਉਹਨਾਂ ਦਾ ਦਰਦ ਤੁਸੀਂ ਮਹਿਸੂਸ ਕਰ ਸਕਦੇ ਹੋ, ਜੇ ਇੱਕ ਉਹਨਾਂ ਨੇ ਰੋਟੀ ਨਹੀਂ ਖਾਧੀ ਉਸ ਰਾਤ 'ਤੇ, ਕੀ ਉਹਨਾਂ 'ਤੇ ਬੀਤ ਰਹੀ ਹੈ। ਉਹਨਾਂ ਨੇ ਡੱਟ ਕੇ ਮਿਹਨਤ ਕਰਕੇ ਕਾਂਗਰਸ ਨੂੰ ਵੋਟ ਪਾਈ ਸੀਗੀ, ਅਤੇ ਜੇ ਇਹ ਚੀਜ਼ਾਂ ਹੋ ਜਾਂਦੀਆਂ ਤਾਂ ਬੰਦੇ ਨੂੰ ਦੁੱਖ ਤਾਂ ਲੱਗਦਾ ਹੀ ਹੈ।